ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਨਵੋਦਾ ਟੀਵੀ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ 뮤직 ਇੰਡਸਟਰੀ ਦੇ ਥੰਮ ਤੇ ਸੁਰਾਂ ਦੇ ਸਕੰਦਰ ਚਣੀ ਕੇ ਸਰਦੂਲ ਸਕੰਦਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਦੋਸਤੋ ਜਦੋਂ ਅਸੀਂ ਸਰਦੂਲ ਸਕੰਦਰ ਜੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਜਵਾਨ ਦੇ ਉੱਪਰ ਇੱਕ ਹੋਰ ਨਾਮ ਆਪ ਮੁਹਾਰੇ ਆ ਜਾਂਦਾ ਹੈ ਉਹ ਨਾਮ ਹੈ ਉਹਨਾਂ ਦੀ ਧਰਮ ਪਤਨੀ ਤੇ ਪੰਜਾਬੀ 뮤직 ਇੰਡਸਟਰੀ ਦੀ ਸ਼ਾਨ ਮੰਨੀ ਜਾਂਦੀ ਗਾਇਕਾ ਅਮਰ ਨੂਰੀ ਜੀ ਦਾ ਸਰਦੂਲ ਸਕੰਦਰ ਤੇ ਅਮਰ ਨੂਰੀ ਦੀ ਜੋੜੀ ਬੇਮਿਸਾਲ ਸੀ ਦੋ ਜੀਆਂ ਦਾ ਆਪਸ ਵਿੱਚ ਇੰਨਾ ਪਿਆਰ ਮੈਂ ਕਦੇ ਨਹੀਂ ਸੀ ਦੇਖਿਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਜੋੜੀ ਸਦਾ ਲਈ ਟੁੱਟ ਗਈ ਹੈ ਸਰਦੂਲ ਜੀ ਨੂਰੀ ਨੂੰ ਇਸ ਸੰਸਾਰ ਵਿੱਚ ਇਕੱਲਿਆਂ ਛੱਡ ਕੇ ਸਦਾ ਲਈ ਬਹੁਤ ਦੂਰ ਚਲੇ ਗਏ ਸਰਦੂਲ ਜੀ ਦੇ ਜੀਵਨ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਤਾਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਪਰ ਅੱਜ ਆਪਾਂ ਇਸ ਵੀਡੀਓ ਵਿੱਚ ਅਮਰ ਨੂਰੀ ਜੀ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਇੱਕ ਝਾਤ ਮਾਰਾਂਗੇ ਤੇ ਗੱਲ ਕਰਾਂਗੇ ਅਮਰ ਨੂਰ ਜੀ ਅਤੇ ਸਰਦੂਲ ਸਿਕੰਦਰ ਜੀ ਦੇ ਪਿਆਰ ਬਾਰੇ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅਮਰ ਨੂਰੀ ਜੀ ਬਾਰੇ ਅਮਰ ਨੂਰੀ ਨੂੰ ਚਾਹਣ ਵਾਲੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਅਮਰ ਨੂਰੀ ਦਾ ਜਨਮ 4 ਜੂਨ 1968 ਨੂੰ ਰੋਪੜ ਦੇ ਪਿੰਡ ਰੰਗੀਲਪੁਰ ਵਿੱਚ ਹੋਇਆ ਉਹਨਾਂ ਦੇ ਪਿਤਾ ਰੌਸ਼ਨ ਸਾਗਰ ਜੋ ਕਿ ਬਹੁਤ ਵਧੀਆ ਗਾਇਕ ਸੀ ਜੋ ਕਿ ਲਾਲਚੰਦ ਜਮਲਾ ਜੱਟ ਜੀ ਦੇ ਸ਼ਗਿਰਦ ਰਹ ਚੁੱਕੇ ਸੀ ਅਤੇ ਉਹਨਾਂ ਦੀ ਮਾਤਾ ਦਾ ਨਾਮ ਬਿਮਲਾ ਸੀ ਅਮਰ ਨੂਰੀ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਜੀ ਕੋਲੋਂ ਲਈ ਅਮਰ ਨੂਰੀ ਦਾ ਬਚਪਨ ਰੋਪੜ ਵਿੱਚ ਹੀ ਬੀਤਿਆ ਉੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਗਾਉਣ ਦਾ ਸ਼ੌਂਕ ਅਮਰ ਨੂਰੀ ਨੂੰ ਬਚਪਨ ਤੋਂ ਹੀ ਸੀ ਇਸ ਕਰਕੇ ਜਦੋਂ ਉਹ ਗੁਣਗੁਣਾਉਂਦੇ ਤਾਂ ਉਹਨਾਂ ਦੇ ਪਿਤਾ ਰੋਸ਼ਨ ਸਾਗਰ ਜੀ ਨੇ ਉਹਨਾਂ ਨੂੰ ਸੁਣਿਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਈ ਉਹਨਾਂ ਦੀ ਬੇਟੀ ਵੀ ਗਾਇਕਾ ਬਣਨ ਦੀ ਕਾਬਲੀਅਤ ਰੱਖਦੀ ਹੈ ਉਸ ਸਮੇਂ ਅਮਰ ਨੂਰੀ ਛੋਟੇ ਸਨ ਪਰ ਉਹਨਾਂ ਦੇ ਮਾਤਾ ਜੀ ਨਹੀਂ ਚਾਹੁੰਦੇ ਸਨ ਕਿ ਅਮਰ ਨੂਰੀ ਗਾਇਕੀ ਦੇ ਖੇਤਰ ਵਿੱਚ ਜਾਵੇ ਪਰ ਉਹਨਾਂ ਦੇ ਪਿਤਾ ਰੌਸ਼ਨ ਸਾਗਰ ਜੀ ਨੇ ਉਹਨਾਂ ਦੀ ਮਾਤਾ ਬਿਮਲਾ ਜੀ ਨੂੰ ਸਮਝਾਇਆ ਤੇ ਅਮਰ ਨੂਰੀ ਜੀ ਨੂੰ ਹੱਲਾਸ਼ੀਰੀ ਦਿੱਤੀ ਅਮਰ ਨੂਰੀ ਨੂੰ ਜਿੰਨਾ ਸ਼ੌਂਕ ਗਾਉਣ ਦਾ ਸੀ ਉਹਨਾਂ ਹੀ ਐਕਟਿੰਗ ਦਾ ਵੀ ਸ਼ੌਂਕ ਸੀ ਬਚਪਨ ਵਿੱਚ ਇਹੋ ਜਿਹੇ ਖੇਡਾਂ ਖੇਡਦੇ ਜਿਸ ਵਿੱਚ ਉਹਨਾਂ ਨੂੰ ਗਾਉਣ ਜਾਂ ਐਕਟਿੰਗ ਕਰਨ ਦਾ ਮੌਕਾ ਮਿਲਦਾ ਅਮਰ ਨੂਰੀ ਜੀ ਸਕੂਲ ਵਿੱਚ ਹੋਣ ਵਾਲੇ ਹਰ ਇੱਕ ਫੰਕਸ਼ਨ ਵਿੱਚ ਭਾਗ ਲੈਂਦੇ। ਸਕੂਲ ਵਿੱਚ ਉਹਨਾਂ ਦੇ ਟੀਚਰ ਸੀ ਸੁਨੀਲ ਰੱਤਾ ਜੀ ਜੋ ਕਿ ਅਮਰ ਨੂਰੀ ਨੂੰ ਗਾਉਣ ਦੀ ਤਿਆਰੀ ਕਰਵਾਉਂਦੇ। ਉਹਨਾਂ ਨੇ ਆਪਣਾ ਪਹਿਲਾ ਗਾਣਾ ਸੇਸ 7 ਸਾਲ ਦੀ ਉਮਰ ਵਿੱਚ ਸਟੇਜ ਤੇ ਗਾਇਆ। ਉਸ ਗਾਣੇ ਦੇ ਬੋਲ ਸਨ ਜੱਟ ਦਾ ਟਰੈਕਟਰ ਵੀ ਅੱਜ ਬੰਜਰਾਂ ਦੀ ਜੁਲਫ ਸਵਾਰੇ ਟਿੱਬਿਆਂ ਦੀ ਹੱਕ ਤਪਦੀ ਪਾਣੀ ਗੋਰੀਏ ਬੰਬੀ ਦਾ ਠਾਰੇ। ਇਸ ਤਰ੍ਹਾਂ ਅਮਰ ਨੂਰੀ ਜੀ ਨੇ ਹੌਲੀ-ਹੌਲੀ ਗਉਣਾ ਸਿੱਖਿਆ ਅਤੇ ਆਪਣੇ ਪਿਤਾ ਨਾਲ ਵੀ ਧਾਰਮਿਕ ਪ੍ਰੋਗਰਾਮਾਂ 'ਤੇ ਜਾਣਾ ਸ਼ੁਰੂ ਕੀਤਾ ਇਸ ਤਰ੍ਹਾਂ ਹੌਲੀ-ਹੌਲੀ ਉਹਨਾਂ ਦੀ ਗਾਇਕੀ ਵਿੱਚ ਨਖਾਰ ਆਇਆ ਕਲਾਸੀਕਲ ਸੰਗੀਤ ਦੀ ਸਿੱਖਿਆ ਉਹਨਾਂ ਨੇ ਮਾਸਟਰ ਹਰੀਦੇਵ ਜੀ ਤੋਂ ਲਈ ਅਮਰ ਨੂਰੀ ਨੇ ਪ੍ਰੋਫੈਸ਼ਨਲ ਗਾਇਕੀ ਦੇ ਵਿੱਚ ਕਦਮ ਸਟੇਜ 'ਤੇ ਗਾ ਕੇ ਹੀ ਰੱਖਿਆ ਫਿਰ ਕੁਝ ਸਮਾਂ ਅਮਰ ਨੂਰੀ ਜੀ ਨੇ ਮਹਿਰੂਮ ਗਾਇਕ ਕੁਲਦੀਪ ਮਾਨਕ ਜੀ ਨਾਲ ਵੀ ਸਟੇਜਾਂ ਸਾਂਝੀਆਂ ਕੀਤੀਆਂ ਇਸ ਸਮੇਂ ਦੌਰਾਨ ਹੀ ਅਮਰ ਨੂਰੀ ਜੀ ਨੇ ਸਰਦੂਲ ਸਕੰਦਰ ਨਾਲ ਕੋਸਟ ਜਾਂ ਸਾਂਝੀਆਂ ਕੀਤੀਆਂ ਇਸ ਤਰ੍ਹਾਂ ਉਹਨਾਂ ਦੀ ਪ੍ਰੋਫੈਸ਼ਨਲ ਗਾਇਕੀ ਦੀ ਸ਼ੁਰੂਆਤ ਹੋਈ ਉਹਨਾਂ ਦੀ ਸਭ ਤੋਂ ਪਹਿਲਾਂ ਜਿਹੜੀ ਰਿਕਾਰਡਿੰਗ ਹੋਈ ਉਹ ਉਹਨਾਂ ਦੀ ਡਿਊਟ ਗਾਣੇ ਨਾਲ ਹੋਈ ਜਿਸ ਵਿੱਚ ਉਹਨਾਂ ਦਾ ਸਾਥ ਉਹਨਾਂ ਦੇ ਪਿਤਾ ਨੇ ਦਿੱਤਾ ਇਸ ਗਾਣੇ ਦਾ ਨਾਮ ਸੀ ਸ਼ੀਰ ਦੂਜਾ ਗਾਣਾ ਅਮਰ ਨੂਰੀ ਜੀ ਦਾ ਰਿਕਾਰਡ ਹੋਇਆ ਸੀ ਪ੍ਰਸਿੱਧ ਪੰਜਾਬੀ ਗਾਇਕ ਜ਼ਿਹਾਰ ਸੰਧੂ ਜੀ ਦੇ ਨਾਲ ਜਿਸ ਦੇ ਬੋਲ ਸਨ ਚੰਨ ਚਾਨਣੀ ਰਾਤ ਤੇ ਤਾਰਾ ਕੋਈ ਕੋਈ ਆ ਇਹ ਗਾਣਾ ਬਹੁਤ ਹੀ ਸੁਪਰ ਡੁਪਰ ਹਟ ਰਿਹਾ। ਸਾਲ 1982 ਤੋਂ ਸਾਲ 1986 ਤੱਕ ਤਕਰੀਬਨ 4 ਸਾਲ ਅਮਰ ਨੂਰੀ ਜੀ ਨੇ ਦیدار ਸੰਧੂ ਜੀ ਦੇ ਨਾਲ ਗਾਇਆ। ਦਾਰ ਸੰਧੂ ਜੀ ਦੇ ਨਾਲ ਉਹਨਾਂ ਦੇ ਕਾਫੀ ਗਾਣੇ ਹਟ ਰਹੇ। ਇਸ ਤੋਂ ਬਾਅਦ ਅਮਰ ਨੂਰੀ ਜੀ ਚਾਹੁੰਦੇ ਸਨ ਕਿ ਉਹਨਾਂ ਦਾ ਇੱਕ ਆਪਣਾ ਗਰੁੱਪ ਹੋਵੇ ਜਿਸ ਵਿੱਚ ਉਹ ਆਪਣੀ ਮਰਜ਼ੀ ਮੁਤਾਬਕ ਗਾ ਸਕਣ। ਫਿਰ ਉਹਨਾਂ ਨੇ ਸਰਦੂਲ ਸਕੰਦਰ ਜੀ ਦੇ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਕਿਉਂਕਿ ਦੋਨਾਂ ਦੇ ਪਿਤਾ ਰੋਸ਼ਨ ਸਾਗਰ ਅਤੇ ਸਾਗਰ ਮਸਤਾਨਾ ਜੀ ਆਪਸ ਵਿੱਚ ਦੋਸਤ ਸਨ ਇਸ ਤਰ੍ਹਾਂ ਇਹਨਾਂ ਨੇ ਗਰੁੱਪ ਬਣਾ ਕੇ ਪੰਜਾਬੀ ਦਰਸ਼ਕਾਂ ਨੂੰ ਬਹੁਤ ਸਾਰੇ ਸੁਪਰ ਹਿੱਟ ਗੀਤ ਦਿੱਤੇ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਮਰ ਨੂਰੀ ਜੀ ਨੇ ਪੰਜਾਬੀ ਫਿਲਮਾਂ ਵਿੱਚ ਕਿਵੇਂ ਆਪਣਾ ਕਦਮ ਰੱਖਿਆ ਜਦੋਂ ਅਮਰ ਨੂਰੀ ਜੀ ਦਾ ਸੰਧੂ ਜੀ ਨਾਲ ਗਾ ਰਹੇ ਸੀ ਉਸ ਸਮੇਂ ਬਣ ਰਹੀ ਗੱਭਰੂ ਪੰਜਾਬ ਦਾ ਫਿਲਮ ਵਿੱਚ ਖਾੜੀ ਦਾ ਸੀਨ ਕਰਨ ਦਾ ਮੌਕਾ ਮਿਲਿਆ ਤੇ ਇਹ ਗੀਤ ਇਸੇ ਹੀ ਗਾਇਕ ਜੋੜੀ ਤੇ ਫਲਮਾਇਆ ਗਿਆ ਦਰਸ਼ਕਾਂ ਵੱਲੋਂ ਇਹ ਗੀਤ ਬਹੁਤ ਹੀ ਪਸੰਦ ਕੀਤਾ ਗਿਆ ਤੇ ਇਸ ਤੋਂ ਬਾਅਦ ਅਮਰ ਨੂਰੀ ਨੂੰ ਕਈ ਹੋਰ ਫਿਲਮਾਂ ਵਿੱਚ ਵੀ ਆਫਰ ਮਿਲਣੇ ਸ਼ੁਰੂ ਹੋ ਗਏ ਇਸ ਤਰ੍ਹਾਂ ਉਹਨਾਂ ਨੇ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਕਦਮ ਰੱਖਿਆ ਹੁਣ ਤੱਕ ਅਮਰ ਨੂਰੀ ਜੀ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਜਿਨ੍ਹਾਂ ਵਿੱਚੋਂ ਬਦਲਾ ਜੱਟੀ ਦਾ ਜੋਰ ਜੱਟ ਦਾ ਜੀ ਆਇਆਂ ਨੂੰ ਦਿਲ ਆਪਣਾ ਪੰਜਾਬੀ ਮੇਲ ਕਰਾ ਦੇ ਰੱਬਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਡੈਡੀ ਕੋਲ ਮੁੰਡੇ ਫੂਲ ਵਰਗੀਆਂ ਹਿੱਟ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਦੋਸਤੋ ਹੁਣ ਤੁਹਾਨੂੰ ਦੱਸਦੇ ਆ ਅਮਰ ਨੂਰੀ ਜੀ ਅਤੇ ਸਰਦੂਲ ਸਕੰਦਰ ਜੀ ਦੇ ਵਿਆਹ ਬਾਰੇ ਜਿਸ ਸਮੇ ਅਮਰ ਨੂਰੀ ਜੀ ਅਤੇ ਸਰਦੂਲ ਸਕੰਦਰ ਜੀ ਜੋੜੀ ਬਣਾ ਕੇ ਗਾਉਣ ਲੱਗੇ ਤਾਂ ਦੋਨਾਂ ਦੇ ਵਿੱਚ ਨਜ਼ਦੀਕੀਆਂ ਵੀ ਆਉਣ ਲੱਗੀਆਂ ਅਮਰ ਨੂਰੀ ਜੀ ਦੇ ਪਿਤਾ ਅਤੇ ਸਾਰਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹਨਾਂ ਦਾ ਵਿਆਹ ਸਰਦੂਲ ਸਕੰਦਰ ਜੀ ਨਾਲ ਹੋਵੇ ਉਹ ਚਾਹੁੰਦੇ ਸਨ ਕਿ ਅਮਰ ਨੂਰੀ ਦਾ ਵਿਆਹ ਜਾਂ ਤਾਂ ਕਿਸੇ ਐਕਟਰ ਨਾਲ ਹੋਵੇ ਜਾਂ ਫਿਰ ਕਿਸੇ ਐਸੇ ਇਨਸਾਨ ਨਾਲ ਹੋਵੇ ਜਿਸ ਦਾ ਲੋਕਾਂ ਦੇ ਵਿੱਚ ਆਪਣਾ ਨਾਮ ਹੋਵੇ ਉਹਨਾਂ ਨੇ ਨੂਰੀ ਜੀ ਨੂੰ ਕਿਹਾ ਕਿ ਮੈਂ ਤੇਰੇ ਲਈ ਮੁੰਡਾ ਦੇਖਿਆ ਹੋਇਆ ਹੈ ਪਰ ਨੂਰੀ ਜੀ ਨੇ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਜੇ ਕਿ ਉਹਨਾਂ ਨੇ ਕਿਹਾ ਜੇਕਰ ਵਿਆਹ ਕਰਵਾਉਣਾ ਤਾਂ ਸਦੂਲ ਜੀ ਨਾਲ ਹੀ ਕਰਵਾਉਣਾ ਹੈ ਨਹੀਂ ਤਾਂ ਨਹੀਂ ਕਰਵਾਉਣਾ ਇਸ ਤਰ੍ਹਾਂ 3-4 ਸਾਲ ਦਾ ਸਮਾਂ ਨਿਕਲ ਗਿਆ ਨੂਰੀ ਜੀ ਦੇ ਪਿਤਾ ਨੂੰ ਮੰਨਣਾ ਪਿਆ ਵਿਆਹ ਤੋਂ ਬਾਅਦ ਘਰ ਦੇ ਵਿੱਚ ਦੋ ਬੇਟਿਆਂ ਦਾ ਜਨਮ ਹੋਇਆ ਜਿਨ੍ਹਾਂ ਦਾ ਨਾਮ ਸਾਰੰਗ ਸਕੰਦਰ ਅਤੇ ਆਲਾਪ ਸਕੰਦਰ ਹੈ ਨੂਰੀ ਜੀ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਤਾਂ ਦਰਸ਼ਕਾਂ ਨੇ ਪਹਿਲਾਂ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੈ ਇਸ ਜੋੜੀ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਦਰਸ਼ਕਾਂ ਦਾ ਹੀ ਰਿਹਾ ਹੈ ਅਮਰ ਨੂਰੀ ਜੀ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਤਿੰਨ ਭਰਾ ਵੱਡੇ ਹਨ ਕਰਮਾ ਰੋਪੜ ਵਾਲਾ ਛੋਟਾ ਭਰਾ ਨੂਰ ਮੁਹੰਮਦ ਤੇ ਸਭ ਤੋਂ ਛੋਟਾ ਭਰਾ ਸਲੀਮ ਅਖਤਰ ਹੈ ਤਿੰਨੇ ਭਰਾ ਅੱਗੇ ਇੱਕੀ ਦੇ ਖੇਤਰ ਨਾਲ ਜੁੜੇ ਹੋਏ ਹਨ ਨੂਰੀ ਜੀ ਦੀ ਇੱਕ ਛੋਟੀ ਭੈਣ ਵੀ ਨੇ ਜਿਨ੍ਹਾਂ ਦਾ ਨਾਮ ਹੈ ਜੈਦਾ ਪ੍ਰਵੀਨ ਤੇ ਉਹ ਹਾਊਸ ਵਾਈਫ ਹੀ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਰਦੂਲ ਸਕੰਦਰ ਜੀ ਅਤੇ ਅਮਰਨੁਰੀ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਉਹਨਾਂ ਦੇ ਪਿਆਰ ਦੀ ਮਿਸਾਲ ਇੱਥੋਂ ਵੀ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਸਰਦੂਲ ਸਕੰਦਰ ਜੀ ਦੀ ਕਿਡਨੀ ਫੇਲ ਹੋ ਗਈ ਸੀ ਤਾਂ ਉਹਨਾਂ ਨੂੰ ਇੱਕ ਕਿਡਨੀ ਦੀ ਜ਼ਰੂਰਤ ਸੀ ਤਾਂ ਉਸ ਸਮੇਂ ਅਮਰਨੁਰੀ ਜੀ ਨੇ ਆਪਣੀ ਕਿਡਨੀ ਸਰਦੂਲ ਸਕੰਦਰ ਜੀ ਨੂੰ ਦਿੱਤੀ ਪਰ ਫਿਰ ਵੀ ਰੱਬ ਨੂੰ ਇਹਨਾਂ ਦੀ ਜੋੜੀ ਚੰਗੀ ਨਾ ਲੱਗੀ ਤੇ ਸਰਦੂਲ ਜੀ ਕਿਡਨੀ ਦੇਣ ਤੋਂ ਬਾਅਦ ਵੀ 1.5 ਸਾਲ ਹੀ ਜਿੰਦਾ ਰਹਿ ਪਾਇਆ ਤੇ ਇਹ ਜੋੜੀ ਸਦਾ ਲਈ ਟੁੱਟ ਗਈ। ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਸ ਜਗ੍ਹਾ ਤੇ ਸਰਦੂਲ ਸਕੰਦਰ ਜੀ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਹੈ ਉਸੇ ਹੀ ਥਾਂ ਤੇ ਅਮਰ ਨੂਰੀ ਜੀ ਨੇ ਵੀ ਆਪਣੇ ਲਈ ਜਗ੍ਹਾ ਛੜਵਾ ਲਈ ਹੈ ਤੇ ਨੂਰੀ ਜੀ ਦਾ ਕਹਿਣਾ ਹੈ ਕਿ ਉਹਨਾਂ ਦੀ ਮੌਤ ਪਿੱਛੋਂ ਉਹਨਾਂ ਨੂੰ ਵੀ ਸਰਦੂਲ ਸਕੰਦਰ ਜੀ ਦੀ ਕਬਰ ਦੇ ਬਿਲਕੁਲ ਨਾਲ ਹੀ ਦਫਨਾਇਆ ਜਾਵੇ। ਸੋ ਦੋਸਤੋ ਇਹ ਤਾਂ ਸੀ ਇੱਕ ਬੇਮਿਸਾਲ ਜੋੜੀ ਦੀ ਕਹਾਣੀ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ